ਅਸੀਂ ਅੱਜ ਐਸਐਸਪੀ ਦਫ਼ਤਰ ਜਾਵਾਂਗੇ ਜੀ, ਉੱਥੇ ਐਪਲੀਕੇਸ਼ਨ ਲਾਵਾਂਗੇ ਜੀ। ਜਿਹੜੇ ਰੇੜੀ ਵਾਲੇ ਦੇ ਜਿਹੜੇ ਆਮ ਬੰਦੇ ਨੇ ਆਪਣੇ ਸਬਜ਼ੀ ਖਰੀਦਣ ਵਾਲੇ, ਉਹਨੇ ਪਰਸ ਚੋਰੀ ਹੋ ਜਾਂਦੇ ਨੇ ਜੀ। ਇਸ ਕਰਕੇ ਸਾਨੂੰ ਨਾ ਸਿਕਿਉਰਿਟੀ ਚਾਹੀਦੀ ਹੈ ਜੀ, ਇੱਕ ਜਾਂ ਦੋ ਪੁਲਿਸ ਵਾਲੇ ਮੁਲਾਜ਼ਮ ਚਾਹੀਦੇ ਨੇ ਜੀ। ਵੈਲਕਮ ਟੂ ਖੰਨਾ ਨਿਊਜ਼ ਲਾਈਵ। ਅੱਜ ਖੰਨਾ ਦੇ ਸਮਾਧੀ ਰੋਡ ਵਿਖੇ ਲੱਗੀ ਜੱਟ ਮੰਡੀ ਵਿੱਚ ਕਿਸਾਨ ਮੰਡੀ ਦੇ ਪ੍ਰਧਾਨ ਅਵਤਾਰ ਸਿੰਘ ਮਾਜਰਾ ਦੀ ਅਗਵਾਈ ਹੇਠ ਸਬਜ਼ੀ ਮੰਡੀ ਰੇੜੀ ਯੂਨੀਅਨ ਦਾ ਪ੍ਰਧਾਨ ਸਤਪਾਲ ਨੂੰ ਸਰਬ ਸਹਿਮਤੀ ਨਾਲ ਚੁਣਿਆ ਗਿਆ। ਇਸ ਮੌਕੇ ਸਮੂਹ ਰੇੜੀ ਵਾਲਿਆਂ ਵੱਲੋਂ ਪ੍ਰਧਾਨ ਸਤਪਾਲ ਨੂੰ ਹਾਰ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸਤਪਾਲ ਨੇ ਕਿਹਾ ਕਿ ਉਹ ਸਬਜ਼ੀ ਮੰਡੀ ਰੇੜੀ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਇਸ ਮੌਕੇ ਬਾਬਾ ਗੁਰਪਾਲ ਸਿੰਘ ਗੋਹ, ਰਣ ਸਿੰਘ ਸੇ, ਪੂਰਨ ਚੰਦ, ਮੇਵਾ ਰਾਮ ਲੱਖੀਆ, ਤਜਿੰਦਰ ਪਾਲ, ਜਗਦੀਸ਼, ਰਾਜਕੁਮਾਰ, ਦਲੀਪ, ਧਰਮਵੀਰ, ਅਜੈਬ ਸਿੰਘ, ਬ੍ਰਜੇਸ਼ ਕੁਮਾਰ ਅਤੇ ਕਮਲ ਆਦਿ ਹਾਜ਼ਰ ਸਨ। ਅੱਜ ਅਸੀਂ ਖੜ੍ਹੇ ਹਾਂ ਸਮਾਧੀ ਰੋਡ 'ਤੇ ਸਬਜ਼ੀ ਮੰਡੀ ਦੇ ਵਿੱਚ। ਇੱਥੇ ਜੱਟ ਮੰਡੀ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ, ਜੱਟ ਮੰਡੀ ਕਿਸਾਨ ਦੇ ਅਵਤਾਰ ਸਿੰਘ ਜੀ ਅਤੇ ਹੋਰ ਉਹਨਾਂ ਦੇ ਸਾਥੀ ਖੜ੍ਹੇ ਨੇ, ਜਿਹੜੇ ਉਹਨਾਂ ਦੇ ਨਾਲ ਰੇਹੜੀਆਂ 'ਤੇ ਕੰਮ ਕਰਦੇ ਨੇ, ਰੇਹੜੀ ਯੂਨੀਅਨ ਦੇ। ਰੇਹੜੀ ਯੂਨੀਅਨ ਦਾ ਪ੍ਰਧਾਨ ਅੱਜ ਬਣਾਇਆ ਗਿਆ ਸਾਥੀ ਜੀ ਨੂੰ, ਅਤੇ ਅੱਜ ਕਰਦੇ ਹਾਂ ਗੱਲ ਉਹਨਾਂ ਨਾਲ ਕੀ ਸਮੱਸਿਆਵਾਂ ਆਈਆਂ ਨੇ ਅਤੇ ਹੁਣ ਉਹਨਾਂ ਦਾ ਇੱਕ ਪ੍ਰਧਾਨ ਬਣੇ ਅਤੇ ਉਹਨਾਂ ਦੇ ਕੀ ਏਮ ਹੋਣਗੇ ਰੇਹੜੀ ਵਾਲਿਆਂ ਦੇ, ਜਿਹੜੇ ਰੇਹੜੀ ਵਾਲਿਆਂ ਨੂੰ ਸਮੱਸਿਆਵਾਂ ਆ ਰਹੀ ਨੇ ਅਤੇ ਉਹ ਕੀ ਹੱਲ ਕਰਾਉਣਗੇ। ਕੀ ਨਵਾਂ ਜੀ? ਮੇਰਾ ਨਾਮ ਸਤਪਾਲ ਆ ਜੀ, ਅਤੇ ਮੈਂ ਅੱਜ ਰੇਹੜੀ ਵਾਲਿਆਂ ਸਹਿਮਤੀ ਨਾਲ ਮੈਨੂੰ ਅੱਜ ਪ੍ਰਧਾਨ ਚੁਣਿਆ ਗਿਆ ਜੀ। ਜੋ ਵੀ ਰੇਹੜੀ ਵਾਲੇ ਸਮੱਸਿਆ ਹੋਊਗੀ ਮੈਂ ਉਹਨਾਂ ਦੇ ਨਾਲ ਖੜ੍ਹਾ ਜੀ, ਹਰ ਸਮੱਸਿਆ ਨਾਲ ਮੂਹਰੇ ਖੜ੍ਹਿਆ ਜੀ, ਰੇਹੜੀ ਵਾਲੇ ਭਰਾ ਨਾਲ ਮੈਂ ਆਪਣੇ ਨਾਲ ਹਾਂ ਜੀ। ਜੋ ਵੀ ਮੋਹਲੇ ਆਪਣੇ ਰੇਹੜੀ ਵਾਲੇ ਦੀ ਕੋਈ ਵੀ ਸਮੱਸਿਆ ਹੈਗੀ, ਸਾਰਾ ਸਮੱਸਿਆ ਨਾਲ ਹੱਲ ਹੋਊਗਾ। ਜੋ ਵੀ ਦਾਇਰੇ ਦੇ ਨਾਲ ਗੱਲ ਕੰਮ ਹੋਊਗਾ ਉਹ ਕੰਮ ਮੈਂ ਉਹ ਦਾਇਰੇ ਨਾਲ ਕਰਾਂਗਾ, ਕਾਨੂੰਨੀ ਦਾਇਰੇ ਨਾਲ ਕਰਾਂਗਾ ਜੀ। ਇੱਕ ਪਿੱਛੇ ਜੇ ਪ੍ਰਧਾਨ ਜੀ ਲਾਈਏ, ਮੰਡੀ ਦੇ ਵਿੱਚ ਕੋਈ ਵੀ ਕੋਈ ਆ ਜਾਂਦਾ ਸਿਗਨੇਚਰ ਆ ਕੇ, ਜੋ ਜਾਂ ਤੁਹਾਡੇ ਕੋਲ ਕੋਈ ਬੰਦਾ ਸਬਜ਼ੀ ਖਰੀਦਣ ਆਉਂਦਾ, ਉਹਨਾਂ ਦੇ ਕਹਿੰਦੇ ਪੈਸੇ ਖੋਹ ਕੇ ਚਲੇ ਜਾਂਦੇ ਨੇ, ਅਤੇ ਜਾਂ ਫਿਰ ਕੋਈ ਮੋਬਾਈਲ ਖੋਹ ਹੋ ਜਾਂਦੇ ਨੇ ਮੰਡੀਆਂ ਦੇ ਵਿੱਚ, ਉਹਦੇ ਬਾਰੇ ਤੁਸੀਂ ਪ੍ਰਸ਼ਾਸਨ ਤੋਂ ਕੀ ਕਹਾਂ, ਕੀ ਮੰਗੋ ਕਰੋਗੇ ਅਤੇ ਕੀ ਉਹਦੇ ਬਾਰੇ ਤੁਸੀਂ ਕਹੋ ਕਰੋਗੇ? ਅਸੀਂ ਅੱਜ ਐਸਐਸਪੀ ਦਫ਼ਤਰ ਜਾਵਾਂਗੇ ਜੀ, ਉੱਥੇ ਐਪਲੀਕੇਸ਼ਨ ਲਾਵਾਂਗੇ ਜੀ। ਜਿਹੜੇ ਰੇਹੜੀ ਵਾਲੇ ਦੇ ਜਿਹੜੇ ਆਮ ਬੰਦੇ ਨੇ ਆਪਣੇ ਸਬਜ਼ੀ ਖਰੀਦਣ ਵਾਲੇ, ਉਹਦੇ ਪਰਸ ਚੋਰੀ ਹੋ ਜਾਂਦੇ ਨੇ ਜੀ। ਇਸ ਕਰਕੇ ਸਾਨੂੰ ਨਾ ਸਿਕਿਉਰਿਟੀ ਚਾਹੀਦੀ ਹੈ ਜੀ, ਇੱਕ ਜਾਂ ਦੋ ਪੁਲਿਸ ਵਾਲੇ ਮੁਲਾਜ਼ਮ ਚਾਹੀਦੇ ਨੇ ਜੀ। ਇੱਕ ਮਾਰਕੀਟ ਕਮੇਟੀ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਮਾਰਕੀਟ ਕਮੇਟੀ ਸਫਾਈ ਦਾ ਪ੍ਰਬੰਧ ਵੀ ਹੋਵੇ ਮੰਡੀਆਂ ਦੇ ਵਿੱਚ? ਕਿੱਥੇ ਕੀ ਆ ਤੁਹਾਡੀ ਪਰਚੀ ਕੱਟੀ ਜਾਂਦੀ ਆ ਸਫਾਈ? ਹਾਂਜੀ ਹਾਂ, ਪਰਚੀ ਕੱਟੀ ਜਾਂਦੀ, ਜਿਹੜੀ 10 ਰੁਪਏ ਪਰਚੀ ਦਿੰਦੇ, ਸਫਾਈ ਦੇ ਪੈਸੇ ਦਿੰਦੇ ਜੀ ਸਫਾਈ ਦਾ, ਰੇਹੜੀ ਵਾਲਿਆ ਕੀ ਸਫਾਈ ਕਰਦੇ ਨੇ ਜਿੱਥੇ ਵੀ ਲੱਗਦੀ ਆ ਜੀ? ਹਾਂਜੀ ਹਾਂ, ਸਫਾਈ ਚੱਲਦੀ ਹੈ ਜੀ। ਹੋਰ ਮਾਰਕੀਟ ਕਮੇਟੀ ਤੋਂ ਕੋਈ ਸਮਾਂ, ਕਿਸਾਨ ਮੰਡੀ ਦਾ ਕੋਈ ਸਮਾਂ ਤੈਅ ਹੋਇਆ ਤੁਹਾਡਾ? ਨਹੀਂ, ਜੋ ਟਾਈਮ ਚੱਲ ਰਿਹਾ ਉਹੀ ਚੱਲ ਰਿਹਾ ਜੀ ਟਾਈਮ ਤਾਂ। ਕੀ ਮੰਗ ਕਰਦੇ ਹੋ ਤੁਸੀਂ ਸਮੇਂ ਦੀ? ਕੀ ਮੰਗ ਕਰਦੇ ਕੀਤਾ ਜਾਵੇ? ਚਲੋ ਟਾਈਮ ਤਾਂ ਦੇਖਦੇ ਹਾਂ ਜੀ, ਅਜੇ ਰੇਡੀਆ ਤੁਸੀਂ ਗੱਲ ਕਰਕੇ ਜੋ ਵੀ ਹਿਸਾਬ ਕਿਤਾਬ ਅਸੀਂ ਕਰਾਂਗੇ ਜੀ, ਕੋਈ ਮੀਟਿੰਗ 'ਚ ਦੱਸਾਂਗੇ ਜੀ ਅੱਜ। ਹਾਂਜੀ, ਇਹ ਸੀ ਸਤਪਾਲ ਜੀ, ਜਿਨ੍ਹਾਂ ਨੂੰ ਸਬਜ਼ੀ ਮੰਡੀ ਰੇਹੜੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ, ਅਤੇ ਇਹਨਾਂ ਦੀ ਇੱਕ ਮੁੱਖ ਸਮੱਸਿਆ ਸੀਗੀ ਵੀ ਜਿਹੜੇ ਮੰਡੀ ਦੇ ਵਿੱਚ ਆ ਕੇ ਸਿਗਨੇਚਰ ਲੋਕਾਂ ਦੇ ਬੈਗ ਖੋਹ ਕੇ ਲੈ ਜਾਂਦੇ ਨੇ, ਪੈਸੇ ਖੋਹ ਕੇ ਲੈ ਜਾਂਦੇ ਨੇ, ਉਸ ਸੰਬੰਧ 'ਚ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਨਗੇ ਅਤੇ ਮੰਡੀਆਂ ਦੇ ਵਿੱਚ ਸਿਕਿਉਰਿਟੀ ਦੀ ਵੀ ਮੰਗ ਕਰ ਰਹੇ ਨੇ। ਖੰਨਾ ਤੋਂ ਪਰਮਜੀਤ ਸਿੰਘ ਧੀਮਾਨ, ਖੰਨਾ ਨਿਊਜ਼ ਲਾਈਵ।